ਲੁਧਿਆਣਾ ਦੇ ਬੀਆਰਐਸ ਨਗਰ ਨਜ਼ਦੀਕ ਜ਼ੋਨਡੀ ਦੇ ਕੋਲ ਉਮੀਦ ਸਕੂਲ ਦੇ ਬੱਚਿਆਂ ਨੂੰ ਕਾਪੀਆਂ, ਕਿਤਾਬਾਂ, ਪੈਨਸਿਲ ਅਤੇ ਗਰੀਬ ਬੱਚਿਆਂ ਦੇ ਪੀਣ ਵਾਲੇ ਪਾਣੀ ਲਈ 2 ਵਾਟਰ ਕੂਲਰ ਦਿੱਤੇ ਗਏ ਅਤੇ ਇਹ ਸੇਵਾ ਪਿਛਲੇ ਕਾਫੀ ਲੰਬੇ ਸਮੇਂ ਤੋਂ ਮਿਸ਼ਨ ਸਮਾਈਲ ਸੇਵਾ ਸੁਸਾਇਟੀ ਵੱਲੋਂ ਕੀਤੀ ਜਾ ਰਹੀ ਹੈ ਅਤੇ ਇਹ ਕਾਪੀ ਕਿਤਾਬਾਂ ਵਿਸਾਖੀ ਦੇ ਤਿਉਹਾਰ ਨੂੰ ਲੈ ਕੇ ਵੰਡੀਆਂ ਗਈਆਂ ਹਨ ਕਿ ਅੱਜ ਹਰ ਇੱਕ ਗਰੀਬ ਬੱਚੇ ਦੇ ਮੂੰਹ ਤੇ ਮੁਸਕਾਨ ਰਹਿ ਸਕੇ। ਸੋਨੀਆ ਛਾਬੜਾ, ਸੋਸ਼ਲ ਐਕਟੀਵਿਸਟ, ਔਰ ਅੱਜ ਇੱਥੇ ਅਸੀਂ ਵਿਸਾਖੀ ਸੈਲੀਬ੍ਰੇਸ਼ਨ ਕਰਨ ਆਏ ਹਾਂ, ਜੋ ਕਿ ਇੱਕ ਅਸੀਂ NGO ਸਟਾਰਟ ਵੀ ਕਰ ਰਹੇ ਹਾਂ, ਮਿਸ਼ਨ ਸਮਾਈਲ, ਜੋ ਕਿ ਮੇਰਾ ਇੱਕ ਮਕਸਦ ਹੈ ਕਿ ਮੈਂ ਸਾਰਿਆਂ ਦੇ ਚਿਹਰਿਆਂ 'ਤੇ ਖੁਸ਼ੀ ਔਰ ਸਮਾਈਲ ਦੇਖਣਾ ਚਾਹੁੰਦੇ ਹਾਂ। ਮੇਰੀ ਆਹ ਮੇਰੀ ਸਾਰੀ ਟੀਮ ਹੈ ਜਿਨ੍ਹਾਂ ਦਾ ਨਾਲ ਰਲ ਕੇ ਹੀ ਅੱਜ ਇਹਨਾਂ ਦੇ ਸਾਥ ਨਾਲ ਹੀ ਮੈਂ ਅੱਜ ਇਹ ਪ੍ਰੋਜੈਕਟ ਸ਼ੁਰੂ ਕਰ ਪਾਈ ਹਾਂ, ਮਿਸ਼ਨ ਸਮਾਈਲ, ਤਾਂ ਕਿ ਹਰ ਇੱਕ ਬੰਦੇ ਦੇ ਇੱਕ ਚਿਹਰੇ 'ਤੇ ਅਸੀਂ ਖੁਸ਼ੀ ਦੇਖ ਸਕੀਏ। ਅੱਜ ਅਸੀਂ ਪਹਿਲਾਂ ਸ਼ੁਰੂਆਤ ਕੀਤੀ ਹੈ ਇਹ ਬੱਚਿਆਂ ਦੇ ਉਮੀਦ ਸਕੂਲ ਦੇ ਬੱਚਿਆਂ ਦੇ ਨਾਲ, ਜਿਨ੍ਹਾਂ ਨੂੰ ਅਸੀਂ ਵਿਸਾਖੀ ਸੈਲੀਬ੍ਰੇਸ਼ਨ ਕਰ ਰਹੇ ਹਾਂ, ਔਰ ਉਹਨਾਂ ਦੇ ਨਾਲ ਅਸੀਂ ਕਾਪੀਆਂ, ਕਿਤਾਬਾਂ ਔਰ ਪੈਨਸਿਲ ਬਾਕਸ, ਉਹਨਾਂ ਨੇ ਵਾਟਰ ਕੂਲਰ ਬੋਲਿਆ ਸੀਗਾ, ਉਹਨਾਂ ਦੇ ਜ਼ਰੂਰਤ ਸੀਗੀ, ਅਸੀਂ ਉਹ ਪ੍ਰੋਵਾਈਡ ਕਰਵਾ ਕੇ ਦਿੱਤਾ, ਔਰ ਸਾਰਾ ਇਹਨਾਂ ਦੇ ਸਾਥ ਤੋਂ ਬਿਨਾਂ ਸ਼ਾਇਦ ਮੈਂ ਕੁਛ ਵੀ ਨਹੀਂ। ਆਈ ਐਮ ਰੀਅਲੀ ਥੈਂਕਫੁਲ ਟੂ ਆਲ ਆਫ ਦੈਮ ਕਿ ਇਹਨਾਂ ਨੇ ਮੈਨੂੰ ਇੰਨਾ ਕੋਆਪਰੇਟ ਕੀਤਾ ਕਿ ਅੱਜ ਮੇਰੇ ਨਾਲ ਇੱਥੇ ਆ ਕੇ ਖੜ੍ਹੇ ਹੋਏ ਹੈ, ਔਰ ਮੈਂ ਚਾਹੁੰਦੀ ਕਿ ਸਾਰੇ ਇੱਦਾਂ ਹੀ ਖੁਸ਼ੀਆਂ ਵੰਡਦੇ ਹਨ, ਵਿਸਾਖੀ ਦਾ ਤਿਉਹਾਰ ਇੱਦਾਂ ਹੀ ਸੈਲੀਬ੍ਰੇਟ ਹੋਵੇ, ਸਭ ਦੇ ਚਿਹਰੇ 'ਤੇ ਸਮਾਈਲ ਰਹੇ, ਸਭ ਖੁਸ਼ ਰਹਿਣ ਆਪਣੀ ਜ਼ਿੰਦਗੀ 'ਚ। ਬਿਊਰੋ ਰਿਪੋਰਟ, ਲੁਧਿਆਣਾ ਵਿਊ।